ਮੇਰੀ ਮਾਂ ਦੀ ਬੇਇੱਜ਼ਤੀ ਤੋਂ ਲੈ ਕੇ ਮੇਰੇ ਪਿਓ ਦੇ ਕਤਲ ਤੱਕ ਤੇ ਮੇਰੇ। ਅਸਲਾਮ ਅਲੈਕਮ, ਹੱਸਦੇ ਰਹੋ, ਵਸਦੇ ਰਹੋ, ਜੀਂਦੇ ਰਹੋ। ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਨਾ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਔਰ ਇਸ ਫਿਲਮ ਦਾ ਨਾਮ ਤੁਸੀਂ ਸੁਣੋਗੇ ਤੁਸੀਂ ਚੌਂਕ ਜਾਓਗੇ, ਕਿਉਂਕਿ ਬੜੇ ਯੂਨੀਕ ਕਿਸਮ ਦਾ ਨਾਮ ਹੈ, ਬੜਾ ਅਜੀਬ ਕਿਸਮ ਦਾ ਨਾਮ ਹੈ। ਫਿਲਮਾਂ 'ਚ ਇਸ ਤਰ੍ਹਾਂ ਦੇ ਨਾਮ ਨਹੀਂ ਆਉਂਦੇ, ਔਰ ਉਸ ਫਿਲਮ ਦਾ ਨਾਮ ਹੈ ਗਵਰਨਰ। 9 ਮਾਰਚ 1990 ਬਰੋਜ਼ ਜੁਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਸੈਨਮਾਸਕੋਪ ਫਿਲਮ ਗਵਰਨਰ। ਗਵਰਨਰ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਸੁਲਤਾਨ ਰਾਈ ਨੇ ਅਦਾ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਹਨ ਸੁਲਤਾਨ ਰਾਈ, ਅੰਜਮਨ, ਇਜ਼ਾਰ ਕਾਜ਼ੀ, ਸ਼ਕੀਲਾ ਕੁਰੇਸ਼ੀ, ਅਲਬੇਲਾ, ਸਾਵਨ, ਬਹਾਰ, ਨਸਰੁੱਲਾ ਭੱਟ, ਅਲਤਾਫ ਖਾਨ, ਜ਼ਹਿਰ ਸ਼ਾਹ, ਹਮਾਯੂ ਕੁਰੇਸ਼ੀ। ਹਦਾਇਤ ਮੁਹੰਮਦ ਅਦਰੀਸ ਖਾਨ, ਇਹਦੇ ਲਿਖਣ ਵਾਲੇ ਨਾਸਰ ਅਦੀਬ, ਇਹਦੇ ਫਿਲਮ ਸਾਜ਼ਨ ਆਜੀ ਮੁਹੰਮਦ ਅਸਲਮ, ਮੁਹੰਮਦ ਅਕਰਮ, ਇਹਦਾ ਮਿਊਜ਼ਿਕ ਦਿੱਤਾ ਹੈ ਐਮ ਅਰਸ਼ਦ ਨੇ। ਔਰ ਜੈਸਾ ਕਿ ਤੁਸੀਂ ਨਾ ਤੁਸੀਂ ਮਹਿਸੂਸ ਕਰ ਲਿਆ ਹੋਣਾ ਕਿ ਇਹ ਫਿਲਮ ਕੋਈ ਸਿਆਸੀ ਫਿਲਮ ਹੈ, ਇਸਦਾ ਨਾਮ ਗਵਰਨਰ ਕਿਉਂ ਰੱਖਿਆ ਗਿਆ, ਐਸੀ ਕੋਈ ਗੱਲ ਨਹੀਂ। ਨਾ ਇਹ ਸਿਆਸੀ ਫਿਲਮ ਹੈ ਅਤੇ ਨਾ ਇਸ ਫਿਲਮ ਦੇ ਅੰਦਰ ਸਿਆਸਤ ਦਾ ਜ਼ਿਕਰ ਹੈ। ਬਹਾਰ ਬੇਗਮ ਅਤੇ ਸਾਵਨ ਨੇ ਇਸ ਫਿਲਮ ਦੇ ਅੰਦਰ ਮੀਆਂ ਬੀਬੀ ਦਾ ਕਿਰਦਾਰ ਅਦਾ ਕੀਤਾ ਹੈ। ਜਿਹੜਾ ਸਾਵਨ ਹੁੰਦਾ ਹੈ ਉਹਦੇ ਨਾਲ ਗਾਮੂ ਹੁੰਦਾ ਅਤੇ ਇੱਕ ਮਜ਼ਦੂਰ ਪੇਸ਼ਾ ਔਰ ਸ਼ਰੀਫ ਇਨਸਾਨ ਹੁੰਦਾ ਹੈ, ਔਰ ਜਿਹੜੀ ਉਸਦੀ ਬੇਗਮ ਹੁੰਦੀ ਹੈ ਬਹਾਰ ਨੂਰਾਂ, ਉਹ ਵੀ ਇੱਕ ਸਿੱਧੀ ਸਾਦੀ ਅਤੇ ਸ਼ਰੀਫ ਔਰਤ ਹੁੰਦੀ ਹੈ। ਉਹ ਰੋਡ ਤੋਂ ਗੁਜ਼ਰ ਜਾਂਦੇ ਅਤੇ ਇਹਨਾਂ 'ਚ ਜਿਹੜਾ ਗਵਰਨਰ ਹੁੰਦਾ ਹੈ ਉਹ ਆ ਪ੍ਰੋਟੋਕੋਲ ਦੇ ਨਾਲ ਉੱਥੋਂ ਗੁਜ਼ਰਦਾ ਹੈ, ਔਰ ਉਹਨੂੰ ਵੇਖ ਕੇ ਜਿਹੜੀ ਗਾਮੂ ਦੀ ਬੀਵੀ ਆਉਂਦੀ ਹੈ ਉਹ ਆਪਣੇ ਖਾਮਦ ਕੋਲ ਪੁੱਛਦੀ ਹੈ ਕਿ ਇਹ ਕੌਣ ਹੈ, ਅਤੇ ਉਹਨੂੰ ਦੱਸਦਾ ਕਿ ਇਹ ਗਵਰਨਰ ਹੈ ਨਾ। ਉਹ ਕਹਿੰਦੀ ਹੈ ਕਿ ਗਵਰਨਰ ਦੀ ਇਤਨੀ ਇੱਜ਼ਤ ਆਉਂਦੀ ਹੈ। ਉਹ ਕਹਿੰਦਾ ਹਾਂ, ਗਵਰਨਰ ਦੀ ਬੜੀ ਇੱਜ਼ਤ ਆਉਂਦੀ ਹੈ। ਅਤੇ ਉਹ ਕਹਿੰਦੀ ਹੈ ਕਿ ਅੱਲਾ ਮੈਨੂੰ ਪੁੱਤਰ ਦੇਗਾ ਅਤੇ ਮੈਂ ਉਹਨੂੰ ਗਵਰਨਰ ਬਣਾਵਾਂਗੀ। ਇਹ ਗਵਰਨਰ ਕੀ ਹੁੰਦਾ? ਸੂਬੇ ਦਾ ਮਾਲਕ ਹੁੰਦਾ ਹੈ। ਇਹ ਸੂਬਾ ਕੀ ਹੁੰਦਾ? ਇਹ ਮੁਲਕ ਦਾ ਇੱਕ ਥੰਮ ਹੁੰਦਾ ਹੈ। ਗਾਮੂ, ਗਵਰਨਰ ਮੇਰੇ ਕੋਲ ਜਾਂਦੀ ਹੈ, ਮੁਖਤਲਿਫ ਦਰਬਾਰਾਂ 'ਤੇ ਜਾਂਦੀ ਹੈ, ਉਹ ਦਰਬਾਰ 'ਤੇ ਜਾ ਕੇ ਦੁਆ ਕਰਦੀ ਹੈ ਅਤੇ ਅੱਲਾ ਉਹਨੂੰ ਪੁੱਤਰ ਦਿੰਦਾ ਹੈ। ਬਹਾਰ ਬੇਗਮ ਦੇ ਦੋ ਪੁੱਤਰ ਹੁੰਦੇ ਨੇ ਔਰ ਉਹਨਾਂ ਦੇ ਨਾਂ ਉਸਨੇ ਬੜੇ ਅਜੀਬ ਰੱਖੇ ਹੁੰਦੇ ਨੇ। ਇੱਕ ਦਾ ਨਾਂ ਗਵਰਨਰ ਹੁੰਦਾ ਹੈ ਅਤੇ ਇੱਕ ਦਾ ਨਾਂ ਸੂਬਾ ਹੁੰਦਾ ਹੈ। ਗਵਰਨਰ ਦਾ ਜਿਹੜਾ ਕਿਰਦਾਰ ਹੈ ਅਦਾਕਾਰ ਸੁਲਤਾਨ ਰਾਈ ਨੇ ਅਦਾ ਕੀਤਾ ਹੈ, ਔਰ ਜਿਹੜਾ ਸੂਬੇ ਦਾ ਕਿਰਦਾਰ ਹੈ ਉਹ ਅਦਾਕਾਰ ਅਜ਼ਾਰ ਕਾਜ਼ੀ ਨੇ ਅਦਾ ਕੀਤਾ ਹੈ। ਮਸਤਾਨ ਖਾਨ ਦਾ ਕਰੈਕਟਰ ਅਦਾਕਾਰ ਹਮਾਯੂ ਕੁਰੇਸ਼ੀ ਨੇ ਅਦਾ ਕੀਤਾ, ਜਿਹੜਾ ਇਲਾਕੇ ਦਾ ਬਹੁਤ ਵੱਡਾ ਬਦਮਾਸ਼ ਹੁੰਦਾ ਹੈ, ਔਰ ਉਹ ਬਾਰ ਬੇਗੋ ਨੂੰ ਪਰੇ ਬਾਜ਼ਾਰ ਹੀ ਮਾਰਦਾ ਹੈ, ਕਿਉਂਕਿ ਉਹ ਕਹਿੰਦੀ ਹੈ ਕਿ ਮੇਰਾ ਪੁੱਤਰ ਗਵਰਨਰ ਹੈ, ਗਵਰਨਰ ਹੈ। ਉਹ ਚਿੜਦਾ, ਉਸ ਨੂੰ ਮਾਰਦਾ ਹੈ, ਉਹ ਜਾ ਕੇ ਆਪਣੇ ਪੁੱਤਰ ਨੂੰ ਦੱਸਦੀ ਹੈ। ਪੁੱਤਰ ਆ ਕੇ ਮਸਤਾਨ ਖਾਨ ਦੇ ਮੂੰਹ 'ਤੇ ਤੱਫੜ ਮਾਰਦਾ ਹੈ, ਔਰ ਮਸਤਾਨ ਖਾਨ ਨੂੰ ਗੁੱਸਾ, ਉਹਨੂੰ ਆਪਣੀ ਜੀਭ 'ਤੇ ਅੱਗੇ ਬੰਨ੍ਹ ਕੇ ਉਹਦੇ ਪਿਓ ਸਾਵਨ ਨੂੰ ਕਤਲ ਕਰ ਦਿੰਦਾ ਹੈ। ਔਰ ਇਸ ਹਾਦਸੇ ਦੇ ਦੌਰਾਨ ਜਿਹੜਾ ਗਵਰਨਰ ਹੁੰਦਾ ਹੈ ਉਸਦੀ ਯਾਦਾਸ਼ਤ ਚਲੀ ਜਾਂਦੀ ਹੈ। ਜਿਹੜਾ ਮਸਤਾਨ ਖਾਨ ਹੁੰਦਾ ਉਹ ਬਾਰ ਬੇਗਮ ਦੇ ਕਾਰ ਨੂੰ ਬਾਰੂਦ ਨਾਲ ਉਡਾ ਦਿੰਦਾ ਹੈ ਅਤੇ ਸਾਰੇ ਆਪਸ 'ਚ ਵਿਛੜ ਜਾਂਦੇ ਨੇ। ਉਹ ਜਿਹੜਾ ਗਵਰਨਰ ਹੁੰਦਾ ਉਸਦੀ ਜਿਹੜੀ ਹੁੰਦੀ ਹੈ ਯਾਦਾਸ਼ਤ ਚਲੀ ਜਾਂਦੀ ਹੈ। ਹਮਾਯੂ ਕੁਰੇਸ਼ੀ ਉਸਨੂੰ ਆਪਣਾ ਪੁੱਤਰ ਬਣਾ ਲੈਂਦਾ ਹੈ ਅਤੇ ਉਸਦਾ ਨਾਮ ਮੁਨਸ਼ੀ ਰੱਖਦਾ ਹੈ, ਔਰ ਜਿਹੜਾ ਸੂਬੇ ਹੁੰਦਾ ਹੈ ਉਹ ਇਲਾਦਾ ਹੁੰਦਾ ਹੈ, ਯਾਨੀ ਕਿ ਆਪਸ 'ਚ ਸਾਰੇ ਵਿਛੜ ਜਾਂਦੇ ਨੇ। ਅੰਜਮਨ ਨੇ ਸਿੰਘ ਦੇ ਅੰਦਰ ਗਵਰਨਰ ਦੀ ਮੰਗੇਤਰ ਦਾ ਕਿਰਦਾਰ ਅਦਾ ਕੀਤਾ, ਜਿਹੜੀ ਜਾਣਦੀ ਹੈ
ਕਿ ਉਹ ਗਵਰਨਰ ਦੀ ਮਾਂ ਕਿਹੜੀ ਹੈ ਔਰ ਉਹਦਾ ਭਰਾ ਕਿਹੜਾ ਹੈ। ਉਹ ਜਾ ਕੇ ਗਵਰਨਰ ਨੂੰ ਸਾਰੀ ਕੀ ਦੱਸਦੀ ਹੈ, ਲੇਕਿਨ ਗਵਰਨਰ ਉਹਦੇ ਸ਼ੱਕ ਕਰਦਾ ਹੈ, ਉਸ ਚੀਜ਼ ਨੂੰ ਨਹੀਂ ਮੰਨਦਾ। ਮਾਂ ਦੀ ਆਵਾਜ਼ ਤੇ ਪੁੱਤਰ ਦੀਆਂ ਆਣੀਆਂ ਵੇਖ ਕੇ ਇਹ ਸਮਝ ਗਿਆ ਹੋਵੇਗਾ ਮਸਤਾਨ ਖਾਨ ਕਿ ਤੇਰਾ ਕਿਹੜਾ ਪਵੇ ਕਿੰਨਾ। ਔਰ ਸ਼ਕੀਲਾ ਕੁਰੈਸ਼ੀ ਨੇ ਇਸ ਫਿਲਮ ਦੇ ਅੰਦਰ ਦਾਰੋ ਗੁਜਰੀ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜੀ ਹਜ਼ਾਰ ਕਾਜ਼ੀ ਦੇ ਨਾਲ ਮੁਹੱਬਤ ਕਰਦੀ ਹੈ। ਦਾਰੋ ਗੁਜਰੀ ਤੇ ਹਜ਼ਾਰ ਕਾਜ਼ੀ ਆਪਸ ਇੱਕ ਦੂਸਰੇ ਨਾਲ ਮੁਹੱਬਤ ਕਰਦੇ ਨੇ, ਅੰਜਮਨ ਤੇ ਸੁਲਤਾਨ ਰਹੀ ਆਪਸ ਇੱਕ ਦੂਸਰੇ ਨਾਲ ਮੁਹੱਬਤ ਕਰਦੇ ਨੇ। ਜਿਹੜਾ ਮਸਤਾਨ ਖਾਨ ਹੁੰਦਾ ਹੈ ਉਹ ਮੁਨਸ਼ੀ ਸੁਲਤਾਨ ਰਹੀ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੇ ਔਰ ਮੁਖਤਲਿਫ ਕੰਮ ਉਹਦੇ ਕੋਲੋਂ ਕਰਵਾਉਂਦਾ। ਅਲਬੇਲਾ ਨੇ ਇਸ ਫਿਲਮ ਦੇ ਅੰਦਰ ਅੰਜਮਨ ਦੇ ਭਰਾ ਦਾ ਰੋਲ ਅਦਾ ਕੀਤਾ ਔਰ ਬੜੀ ਹੀ ਅੱਛੀ ਕਾਮੇਡੀ ਦਾ ਮੁਜ਼ਾਹਰਾ ਕੀਤਾ ਹੈ। ਹਜ਼ਾਰ ਕਾਜ਼ੀ ਤੇ ਗਵਰਨਰ ਦੀ ਆਪਸ 'ਚ ਲੜਾਈ ਆਉਂਦੀ ਹੈ ਔਰ ਇਸ ਲੜਾਈ ਦੇ ਦੌਰਾਨ ਹਜ਼ਾਰ ਕਾਜ਼ੀ ਜ਼ਖਮੀ ਹੋ ਜਾਂਦਾ ਹੈ ਔਰ ਗਵਰਨਰ ਦੀ ਯਾਦਾਸ਼ਤ ਵਾਪਸ ਆ ਜਾਂਦੀ ਹੈ। ਉਹ ਜਾਂਦਾ ਹੈ ਔਰ ਜਾ ਕੇ ਮਸਤਾਨ ਖਾਨ ਨੂੰ ਮਾਰਦਾ ਹੈ ਔਰ ਉਹਨੂੰ ਪਤਾ ਹੁੰਦਾ ਕਿ ਮਸਤਾਨ ਖਾਨ ਜਿਹੜਾ ਉਹਦੇ ਮਾਂ ਪਿਓ ਦਾ ਕਾਤਲ ਹੈ। ਗਵਰਨਰ ਜਦੋਂ ਯਾਦਾਸ਼ ਵਾਪਸ ਆ ਜਾਂਦੀ ਹੈ ਤੇ ਜਿਹੜਾ ਹਜ਼ਾਰ ਕਾਜ਼ੀ ਹੁੰਦਾ ਉਹਦੀ ਯਾਦਾਸ਼ ਵਾਪਸ ਚਲੀ ਜਾਂਦੀ ਹੈ। ਇਸ ਤਰ੍ਹਾਂ ਦੋਨੋਂ ਇੱਕ ਦੂਸਰੇ ਨੂੰ ਪਛਾਣ ਨਹੀਂ ਸਕਦੇ ਔਰ ਜਿਹੜਾ ਮਸਤਾਨ ਖਾਨ ਹੁੰਦਾ ਉਹ ਚਾਲ ਚੱਲਦਾ ਹੈ ਔਰ ਜਿਹੜਾ ਹਜ਼ਾਰ ਕਾਜ਼ੀ ਸੂਬਾ ਹੁੰਦਾ ਉਸ ਨੂੰ ਆਪਣਾ ਭਤੀਜਾ ਬੁਲਾ ਲੈਂਦਾ, ਉਹਨੂੰ ਕਹਿੰਦਾ ਕਿ ਉਹਦੇ ਪਿਓ ਦਾ ਕਾਤਲ ਗਵਰਨਰ ਹੈ। ਔਰ ਮਸਤਾਨ ਖਾਨ ਦੇ ਤਿੰਨ ਪੁੱਤਰ ਹੁੰਦੇ ਨੇ ਔਰ ਤਿੰਨੋਂ ਜੇਲ੍ਹ 'ਚ ਹੁੰਦੇ ਨੇ, ਜ਼ਹਿਰ ਸ਼ਾਹ, ਅਲਤਾਫ ਖਾਨ ਔਰ ਨਸਰੁੱਲਾ ਭੱਟ, ਉਹ ਤਿੰਨੋਂ ਉਹਦੇ ਪੁੱਤਰ ਹੁੰਦੇ ਨੇ। ਉਹ ਵੀ ਜੇਲ੍ਹ ਤੋਂ ਰਿਹਾ ਹੋ ਕੇ ਆ ਜਾਂਦੇ ਨੇ, ਗਵਰਨਰ ਨੂੰ ਪਤਾ ਚੱਲ ਜਾਂਦਾ ਹੈ ਕਿ ਉਹਦੇ ਪਿਓ ਦਾ ਕਾਤਲ ਕਿਹੜਾ ਵੇ। ਔਰ ਅਚਾਨਕ ਜਿਹੜਾ ਹਜ਼ਾਰ ਕਾਜ਼ੀ ਹੁੰਦਾ ਉਸਦੀ ਯਾਦਾਸ਼ ਵਾਪਸ ਆ ਜਾਂਦੀ ਹੈ, ਜਿਸਾ ਤੁਸੀਂ ਆਮ ਫਿਲਮਾਂ 'ਚ ਵੇਖਿਆ ਹੋਗਿਆ ਕਿ ਮਾਂ ਇੱਕ ਗਾਣਾ ਗਾਉਂਦੀ ਹੈ ਅਤੇ ਗਾਣੇ ਬਾਅਦ ਯਾਦਾਸ਼ ਵਾਪਸ ਆ ਜਾਂਦੀ ਹੈ, ਦੂਜੇ ਦਿਨ ਪਛਾਣ ਲੈਂਦੇ ਨੇ ਔਰ ਮਿਲ ਜੁਲ ਕੇ ਸਾਰੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਨੇ, ਸਭ ਨੂੰ ਮਾਰ ਦਿੰਦੇ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।